ਸਾਰੀ ਕੌਮ ਨੂੰ ਮਾਝੇ ਭਾਪੇ ਚ ਪਾ ਦਿੱਤਾ, ਸਿੰਘਾਂ ਦਾ ਕਾਤਲ ਹੈ ਤੇ ਪੰਜ ਸਭ ਤੋਂ ਮੋਢੀ ਫੁੱਟ ਤੋਂ ਬਣ ਕੇ ਬਹਿ ਗਿਆ, ਉਹਨੂੰ ਆਪਦੀ ਛਾਤੀ ਨਾਲ ਲਾਈ ਦੇ ਕੇ ਸਿੱਖਿਆ ਭਿੰਦਰਾਂਵਾਲੇ ਨੂੰ ਦਿੰਦੇ ਹੈ। ਹੋਰ ਕਹਿੰਦੇ ਅਗਰ ਭਿੰਦਰਾਂਵਾਲੇ ਦੇ ਬੰਦੇ ਕਹਿੰਦੇ ਸਾਡੀ ਗੁਰਚਰਨ ਨੂੰ ਮਾਰਨਾ, ਹੁਣ ਮੇਰੇ ਕੋਲ ਤਾਂ ਕਿਸੇ ਨੂੰ ਮਿਲਤੀ ਤੇ ਮੈਂ ਪੁੱਛੂਗਾ ਵੀ ਦੱਸ ਕਿਹੜੇ ਬੰਦੇ ਨੂੰ ਕਿਹਾ। ਇਸੇ ਤਰ੍ਹਾਂ ਪਰਸੋਂ ਇੱਥੇ ਕਨਾਟਕ ਖੇਡਿਆ ਗਿਆ, ਡਰਾਮਾ ਖੇਡਿਆ ਗਿਆ ਪੇਪਾ ਪਰਿਵਾਰ ਚ ਕਿਸੇ ਮਨੁੱਖ ਤੋਂ, ਤੇ ਉੱਥੇ ਅਕਾਲੀ ਦਲ ਦੀ ਸਟੇਜ ਤੇ ਬੁਲਾਇਆ ਗਿਆ ਤੇ ਭਿੰਦਰਾਂਵਾਲਾ ਸੁੱਖੇ ਨੂੰ ਉੱਥੇ ਮਾਰਨ ਵਾਸਤੇ ਸਾਖਾ ਕਰ ਗਿਆ। ਸੁਖਦੇਵ ਤੇ ਦਾ ਮੈਂ ਆਮ ਸੁੱਖਾ ਸੁੱਖਾ ਕਰਕੇ ਕਹਿ ਦਿੰਦੇ ਹੋ ਇੱਥੇ, ਤੇ ਅਸੀਂ ਉਹਨੂੰ ਮਾਰਨ ਵਾਸਤੇ ਸਾਜਿਸ਼ ਘੜੀ ਹੈ। ਉਹਦੇ ਨੂੰ ਸਾਜਿਸ਼ ਘੜਨੀ ਤੇ ਚੱਜ ਦੇ ਬੰਦੇ ਨੂੰ ਮਾਰਨ ਵਾਸਤੇ ਕਰੀ ਹੋਈ ਜਥੇਬੰਦੀ ਕਿਹੜੀ ਹੈ? ਨਾ ਕੋਈ ਸੰਪਰਦਾ, ਨਾ ਕੋਈ ਜਥੇਬੰਦੀ ਲੈਣਗੇ ਦੇਣਗੇ, ਦਸ ਬੰਦੇ ਸੋਚੋ ਸਾਰੇ ਸਾਨੂੰ 15 ਤੇ ਅਸੀਂ ਵੀ ਉਹਨੂੰ ਮਾਰਨ ਵਾਸਤੇ ਅਸੀਂ ਉਹਨੂੰ ਸਾਜਿਸ਼ ਘੜੀ। ਅੱਜ ਉਹਨਾਂ ਨੂੰ ਸਾਖਾਂ ਪ੍ਰਤੀਤ ਹੁੰਦੀਆਂ ਤੇ ਜਦੋਂ ਹੜੰਤ ਜਾ ਰਹੀ ਸੀ ਅਕਾਲੀ ਦਲ ਮਾਰ ਮਾਰ ਲੱਤਾਂ ਇੱਥੇ ਸੁਨਬਰੀ ਵਾਸਤੇ ਤੇ ਗੁਰੂ ਨਾਨਕ ਨੇ ਆਚਰਨ ਕੱਢ ਗਿਆ ਸੀ ਤੇ ਮੈਂ ਦਿੱਲੀ ਪ੍ਰਚਾਰ ਕਰਨ ਗਿਆ ਤੇ ਉਹਨਾਂ ਦੇ ਹੜੰਤ ਜਾਰੀ ਹੋ ਚੁੱਕੇ ਸੀ ਸੁੱਖੇ ਉਹਨਾਂ ਦੇ ਤੇ ਸਿਰ ਤੇ ਖੱਫੜ ਬੰਨ ਕੇ ਨਾਲ ਲੈ ਕੇ ਗਿਆ ਵਸਤੇ ਨੂੰ ਦਿੱਲੀ, ਦਸ ਦੇ ਨਾਲ ਰੱਖੇ ਹੈ। ਉੱਥੇ ਇੱਕ ਬੰਦੇ ਨੇ ਮੈਨੂੰ ਪੁੱਛਿਆ ਵੀ ਅਗੇ ਸੰਤ ਜੀ ਇੱਥੇ ਹੜੰਤੜ ਨੂੰ ਮੈਂ ਹੜੰਤੜ ਦਾ ਚੂੰਚ ਲੈਣਾ ਬੀਜੇਪੀ ਦਾ ਸੀ, ਕਹਿੰਦਾ ਜੀ ਹੁਣ ਕੋਈ ਨਾਲ ਨਹੀਂ ਫਿਰਦੇ, ਗੱਲ ਕੀ ਹੈ? ਮੈਂ ਗੱਲ ਕੀ ਆਉਣੀ ਸੀ ਜਿਹਨੂੰ ਸਰਕਾਰ ਨੇ ਭਗੌੜਾ ਕਰਾਰ ਦਿੱਤਾ ਸਿੱਖਾਂ ਨੂੰ ਮੈਂ ਪਸੰਦ ਹੈ, ਤੇ ਕਹਿੰਦਾ ਅਸੀਂ ਜਿਹਨੂੰ ਫੜ ਦਿੱਤਾ ਮੈਂ ਜੋ ਤੱਕ ਮੇਰਾ ਸਾਰਾ ਮੈਂ ਦੇਣਾ ਨਹੀਂ ਤੇ ਜਦੋਂ ਮੈਂ ਮਰ ਗਿਆ ਪਿੱਛੇ ਕੋਈ ਲੈ ਗਈ ਤੇ ਮੇਰੀ ਜ਼ਿੰਮੇਵਾਰੀ ਨੂੰ, ਤੇ ਜੇ ਫੜਨਾ ਤਾਂ ਤਕੜੇ ਹੋ ਕੇ ਆਇਆ ਦਿੱਲੀ ਦੇ ਵਿੱਚ ਨਾਲ ਨਹੀਂ ਫੜਦਾ ਰਹੇ ਇੰਨਾ ਰਿਸਕ ਲੈ ਕੇ ਵੀ ਅੱਜ ਦੀਵਾਨੀ ਦੇ ਆਉਣਗੇ ਬੰਦੇ ਉੱਠ ਕੇ ਤੇ ਉੱਥੇ ਪ੍ਰਾਪਤ ਹੁੰਦਾ ਕਰਦੇ ਤੇ ਕਰਦੇ ਹੈ ਅਕਾਲੀ ਦਲ ਦੀ ਸਟੇਜ ਤੇ, ਤੇ ਉਹ ਤਾਂ ਅਕਾਲੀ ਦਲ ਕਹਿੰਦੇ ਅਸੀਂ ਪੰਥ ਤੇ ਤਾਂ ਦੇ ਚੁੱਕੇ ਹਾਂ ਤੇ ਤੁਸੀਂ ਦੱਸੋ ਕਾਲ ਸਾਹਿਬ ਜੀ ਮੈਂ ਗੁਰੂ ਕੇ ਸਿੱਖ ਬੈਠੇ ਹਾਂ ਕਿ ਇਹ ਪੰਥ ਤੇ ਪਹਿਲ ਚਲੋ ਪੰਥ ਵਿੱਚ ਫੁੱਟ ਪਾਊ ਪ੍ਰੋਗਰਾਮ ਹੈ, ਕਈ ਦੋ ਦਿਨ ਪੜ੍ਹੇ ਲਿਖੇ ਬੈਠੇ ਦੱਸੋ ਤੇ ਫੁੱਟ ਪਾਊ ਪ੍ਰੋਗਰਾਮ ਹੈ ਤੇ ਬਾਹਰ ਗਾਲਾਂ ਕੱਢਦੇ ਤੇ ਇੱਥੇ ਤੂੰ 2000 ਦੇ ਜੱਥੇ ਬੈਠੇ ਤੁਰੇ ਉਹਨਾਂ ਨੇ ਮੁੜ ਕੇ ਮੈਨੂੰ ਆਣ ਕੇ ਤੇਰੇ ਸੰਤ ਜੀ ਕੀ ਕਰੀਏ, ਸੰਤ ਤੁਹਾਨੂੰ ਕੀ ਦੱਸਿਆ ਕਰਿਆ ਤੇ ਉਹਨੂੰ ਆਪੇ ਅਸਰ ਕੋਈ ਨੀ ਕਿਸੇ ਨੂੰ, ਤੁਹਾਡੀ ਜ਼ਿੰਮੇਵਾਰੀ ਸੰਤ ਨੂੰ ਕੋਈ ਨੀ ਬੋਲਦੇ ਨੀ।